ਮੰਮੀ ਹਾਂ ਭਾਜੀ ਨੇ ਚਾਬੀ ਕਿੱਥੇ ਰੱਖੀ ਸਕੂਟੀ ਦੀ ਸਕੂਟਰੀ ਚਾਬੀ ਪਤਾ ਨਹੀਂ ਮੈਂ ਕਿੱਥੇ ਵੇਖੀ ਹੋ ਪਈ ਤੂੰ ਕਿੱਥੇ ਚੱਲਿਆ ਨਾਲੇ ਮੀਂਹ ਚ ਮਾੜਾ ਚੱਲਾਂ ਦੋਸਤ ਵੱਲ ਸੋ ਉੱਥੇ ਡਾਇਨਿੰਗ ਟੇਬਲ ਤੇ ਵੇਖ ਫਿਰ ਪਈ ਹੋਣੀ ਅੰਦਰ ਉੱਥੇ ਹੀ संदीप लाया रोटी आ गई है आज फिर दाल बना ली है तो फिर मैं क्या करा उन्होंने निक्के नु पुछो जाके अपने भरा नु मम्मी मैं क्या पुछा ओरी वारी है सब्जी नहीं लेके आया कोई तो मैं दाल ही बनानी फिर जब ओरी वारी हुंदी है भूल ही जांदा भी मैं सब्जी ही लेके जानी घर आहो मैं भी ठेका थोड़ी लिया वा रोज रोज मैं ही सब्जी लेके आवा बस तू ही सब्जी ला फल फ्रूट ला आंदे जदों ओरी वारी हुंदी रोज चेता भुल जांदा उनू ਜਦੋਂ ਕੋਈ ਫਲ ਫਰੂਟ ਲੈ ਜਾਈਏ ਤਾਂ ਟੁੱਟ ਕੇ ਪੈ ਜਾਂਦੇ ਆ ਖਾਣ 'ਚ ਸਾਰਾ ਧੋ ਕੇ ਹੁੰਦੇ ਤਾਂ ਉਹਦਾ ਸਮਾਨ ਲਿਆਉਣ ਵਾਰੀ ਪਿੱਛੇ ਹੁੰਦੇ ਆ ਨਾ ਕਿਤੇ ਬਿਜਲੀ ਦਾ ਬਿੱਲ ਦਿੰਦੇ ਨਾ ਤੇਲ ਪਵਾਉਂਦੇ ਸਕੂਟਰੀ 'ਚ ਕਿਤੇ ਆਹੋ ਤਨਖਾਹ ਤੇ ਵੀ ਉਨੀ ਲੈਂਦੇ ਆ ਤਨਖਾਹ ਤਾਂ ਉਨੀ ਆ ਸਾਂਝਾ ਖਰਚਾ ਸਾਰਾ ਤਾਂ ਉਹਦਾ ਕਹਿਣਾ ਅਸੀਂ ਖਰਚਾ ਨਹੀਂ ਕਰਨਾ ਕਿਤੇ ਕੋਈ ਪੈਸਾ ਕੱਢਣ ਨੂੰ ਜੀ ਨਹੀਂ ਕਰਦਾ ਜੇਬ 'ਚੋਂ ਤੇ ਖਾ ਲਓ ਹੁਣ ਦਾਲ ਹੀ ਜਾ ਚਾਰ ਲਿਆ ਦੇ ਫਿਰ ਮਾੜਾ ਜਿਹਾ ਦਾਲ ਨਾਲ ਤਾਂ ਮੇਰਾ ਜੀ ਨਹੀਂ ਕਰਨ ਡਿਆ ਖਾਣ ਦਾ ਜਾ ਠੀਕ ਆ ਇੱਥੇ ਕੰਮ ਹੀ ਕਰੀ ਜਾਓਗੇ ਗੱਲ ਸੁਣਿਓ ਮੇਰੀ बाजार हुण मैं जदों किते भी जानी हां लोकां ने पहले मेरे सूट वेखे हुंदे ने किसने ते ही कहना ना कि जठाणी दे सूट पाउंदी आ पर लोकां नूं थोड़ी पता वा कि जठाणी मेरे सूट पाउंदी आ सारे मेरे नवे सूट कसाते गगन दीदी ने तुहानू पता मैं तां इन्ने सूट नवे पाउनी वी नहीं आ घर ते दीदी ने जा जा के वांडे ते मेरे सूट न सारे नवे खराब करते ने हुण ते नहीं मैं उहनां नूं अपना सूट देना मैनूं दसो तुसीं की आने हो मैं हुण की करां उदों ते जदों नवा सूट लैनी आ बड़ी फुल के दीदी ने विखाउनी आ आह वेखो दीदी नवा सूट उदों बंदा अपनी चीज़ सांभ के अलमारी च रख लैंदा जदों नवीं चीज़ लईए उहनूं शो ऑफ नहीं करीदा उहनूं सांभ के रखीदा ਹੁਣ ਆਪੇ ਮਨਾ ਕਰਦੀ ਅੱਗੇ ਤੋਂ ਮਨਾ ਕਰਨਾ ਕਿਤੇ ਸੌਖਾ ਵਾ ਤੁਹਾਨੂੰ ਪਤਾ ਦੀਦੀ ਅੱਗੇ ਗੁੱਸਾ ਕਰਕੇ ਬਹਿ ਜਾਂਦੇ ਉਹਨਾਂ ਨੇ ਤੇ ਮੂੰਹ ਵੱਟ ਕੇ ਬਹਿ ਜਾਣਾ ਵਾ ਉਹਦੇ ਮੂੰਹ ਨੂੰ ਕੀ ਕਹਿਣਾ ਸੂਟ ਤੇ ਤੇਰੇ ਖਰਾਬ ਹੁੰਦੇ ਆ ਨਾ ਆਪਣੀ ਚੀਜ਼ ਦਾ ਸ਼ੋਅ ਆਫ ਨਹੀਂ ਕਰੀਦਾ ਆਪਣੀ ਸਾਂਭ ਕੇ ਰੱਖੀਦੇ ਜਦੋਂ ਕਿਤੇ ਨਵਾਂ ਚੇਚਾ ਜਾਣਾ ਨਾ ਕਿਤੇ ਬਾਹਰ ਉਦੋਂ ਹੀ ਕੱਢਿਆ ਕਰ ਨਾ ਉਹਨੂੰ ਪਤਾ ਲੱਗੇ ਤੇ ਨਾ ਸੂਟ ਖਰਾਬ ਹੋਣ ਠੀਕ ਆ ਹੁਣ ਮੈਂ ਅੱਗੇ ਤੋਂ ਇਦਾਂ ਹੀ ਕਰੂੰਗੀ ਚਲ ਠੀਕ ਆ चाबी कड के ले जांदा केड़े वेले नहीं चाबी तुसीं अपने कोल ही रख्या करो पता ते लगे केड़े वेले जांदा ओ मंगिया ते करूगा ना चाबी चाबी किदां कोल रख लां फिर कहणगे चीजां लगा लगा के रखदे आ ਹੁਣ ਅਸੀਂ ਕੀ ਕਰਨਾ ਉੱਤੋਂ ਮੀਂਹ ਪੈਣ ਡਿਆ ਨਾ ਕਿਤੇ ਪੈਟਰੋਲ ਪੰਪ ਆ ਲਾਗੇ ਹੋਏ ਤਾਂ ਬੰਦਾ ਪਵਾ ਕੇ ਤੇ ਚੱਲ ਜੇ
ਹੁਣ ਮੈਂ ਕੀ ਕਰਾਂ ਉਹ ਤੇ ਜਿੱਥੇ ਜਾਂਦਾ ਸਕੂਟੀ ਤੇ ਹੀ ਜਾਂਦਾ ਆ ਆਪਣਾ ਮੋਟਰਸਾਈਕਲ ਤੇ ਉਹਨੇ ਸਜਾ ਕੇ ਰੱਖਿਆ ਉਹਨੂੰ ਤੇ ਕਿਤੇ ਕੱਢਦਾ ਨਹੀਂ ਬਾਹਰ ਇਹਨਾਂ ਸਕੂਟਰੀ ਦਾ ਚਾਹੇ ਤੇ ਸਕੂਟਰੀ ਲੈ ਲੈਂਦਾ ਉਦੋਂ ਉਦੋਂ ਮੋਟਰਸਾਈਕਲ ਲੈ ਲਿਆ ਆਹੋ ਉਦੋਂ ਮੋਟਰਸਾਈਕਲ ਲੈ ਲਿਆ ਕਰੋ ਹੁਣ ਕੋ ਜੈਨੂੰ ਚੱਲ ਹੁਣ ਫਿਰ ਤੁਰ ਕੇ ਜਾਣਾ ਪੈਣਾ ਆ ਮੰਮੀ ਵੇਖ ਲਓ ਲੋਕਾਂ ਨੂੰ ਸਕੂਟਰੀ ਚਲਾਉਣ ਦਾ ਪਤਾ ਹੁੰਦਾ ਪਰ ਤੇਲ ਪਵਾਉਣ ਦਾ ਨਹੀਂ ਪਤਾ ਹੁੰਦਾ ਸਕੂਟਰੀ ਜਿੱਦਾਂ ਪਾਣੀ ਤੇ ਚੱਲਦੀ ਹੋਏ ਨਹੀਂ ਸੁਣਾਉਣ ਕਿਹਨੂੰ ਡਏ ਆ ਦੀਦੀ ਜੇ ਸਕੂਟਰੀ ਲੈ ਕੇ ਜਾਂਦਾ ਉਹਨੂੰ ਸੁਣਾਉਣਾ ਔਰ ਮੈਂ ਕਿਹਨੂੰ ਕਹਿਣੀ ਆ ਸਕੂਟਰੀ ਤੇ ਫਿਰ ਗਗਨ ਹੀ ਲੈ ਕੇ ਜਾਂਦੇ ਨੇ ਹਾਂ ਗਗਨ ਲੈ ਕੇ ਜਾਂਦੇ ਤੇ ਉਹਨੂੰ ਪਤਾ ਨਹੀਂ ਤੇਲ ਵੀ ਪਵਾ ਕੇ ਰੱਖਣਾ ਸਕੂਟਰੀ 'ਚ ਅੱਛਾ ਤੇ ਜਦੋਂ ਤੁਸੀਂ ਗਏ ਤੁਸੀਂ ਨਹੀਂ ਵੇਖ ਕੇ ਜਾ ਸਕਦੇ ਕਿ ਤੇਲ ਹੈਗਾ ਵਿੱਚ ਕਿ ਨਹੀਂ ਸਕੂਟਰੀ ਲੈ ਜਾਂਦਾ ਮੋਟਰਸਾਈਕਲ ਦਾ ਨਹੀਂ ਉਹਨੂੰ ਚੇਤਾ ਹੁੰਦਾ ਸਜਾ ਕੇ ਰੱਖਿਆ ਉਹਨੇ ਸਾਡਾ ਰਸਤੇ ਵਿੱਚ ਤੇਲ ਖਤਮ ਹੋ ਗਿਆ ਨਾ ਉੱਥੇ ਲੱਗੇ ਪੈਟਰੋਲ ਪੰਪ ਵੀ ਉੱਤੋਂ ਮੀਂਹ ਪੈਣ ਡਿਆ ਅਸੀਂ ਕਿੰਨੀ ਮੁਸ਼ਕਿਲ ਆਏ ਘਰ ਤੁਰ ਕੇ ਅੱਛਾ ਸਕੂਟਰੀ ਦਾ ਤੇ ਤੁਹਾਨੂੰ ਬੜਾ ਦਿਖ ਗਿਆ ਕਿ ਤੁਹਾਡੀ ਹੀ ਤੇ ਜਦੋਂ ਮੇਰੇ ਕੋ ਸੂਟ ਮੰਗਣ ਆ ਜਾਣੇ ਰਾਜ ਦਈ ਆਪਣਾ ਸੂਟ ਰਾਜ ਦਈ ਆਪਣਾ ਸੂਟ ਸੂਟ ਮੰਗਦੀ ਤੇ ਫਿਰ ਕੀ ਹੋ ਗਿਆ ਮੈਂ ਕਹਿੰਦਾ ਤੇ ਸੂਟਾਂ ਦੀਆਂ ਬੂਟੀਆਂ ਲਾ ਕੇ ਰੱਖ ਲਈਆਂ ਗਗਨ ਨੂੰ ਨਹੀਂ ਗਿੰਦੀ ਹੈਗੀ ਵੀ ਤੇਲ ਵੀ ਪਾ ਦਿਆ ਕਰੋ ਕਿਤੇ ਤੈਨੂੰ ਕਿਹੜਾ ਤੁਹਾਡੀ ਸਕੂਟਰੀ ਦੀਆਂ ਲਾਈਟਾਂ ਲਾ ਲਈਆਂ ਲਾਈਟਾਂ ਲਾ ਲਈਆਂ ਤੇ ਉਹਨੂੰ ਤੇਲ ਵੀ ਪਾਉਣ ਲਈ ਕਹਦਾ ਕਹਿੰਦਾ ਫਿਰ ਕੀ ਆ ਜੇ ਅਸੀਂ ਪਾ ਦਾਂਗੇ ਕਦੀ ਤੁਸੀਂ ਪਾਤਾ ਜ਼ਰੂਰੀ ਥੋੜੀ ਹੈ ਕਿ ਗਗਨ ਹੀ ਤੇਲ ਪਾ ਦੇ ਤੁਸੀਂ ਵੀ ਪਾ ਸਕਦੇ ਹੋ ਨਾ ਕਦੀ ਸਬਜ਼ੀ ਲੈ ਕੇ ਆਉਂਦਾ ਵਾ ਆਹੋ ਤੇ ਹੀ ਗਿਆ ਤੁਹਾਡਾ ਅੱਜ ਵੀ ਕਿ ਤੁਸੀਂ ਕਿੰਨੇ ਕਪੈਸੇ ਕੀ ਰੋਣਾ ਪਾਇਆ ਕੀ ਹੋ ਗਿਆ ਸਕੂਟਰੀ ਲੈ ਕੇ ਗਿਆ ਤੇ ਤੇਲ ਕਿੰਨੇ ਪਵਾਉਣਾ ਸੀ ਹੁਣ ਅਸੀਂ ਰਸਤੇ ਵਿੱਚ ਗਏ ਤੇ ਤੇਲ ਖਤਮ ਹੋ ਗਿਆ ਮੈਂ ਕਿੱਥੇ ਚੱਲ ਗਿਆ ਇੱਥੇ ਲੱਗ ਕੇ ਗਿਆ ਸੀ ਦੋਸਤ ਘਰ ਤੇ ਭਰਾ ਦੋਸਤ ਘਰ ਗਿਆ ਸੀ ਤੇਲ ਵੀ ਪਵਾ ਲੈਂਦਾ ਨਾ ਤੇ ਤੇਲ ਮੈਂ ਪਵਾਉਣਾ ਵਾਂ ਭਾਜੀ ਤੇਲ ਸਵਾਹ ਪਰ ਨਹੀਂ ਘਰੋਂ ਨਿਕਲਿਆ ਜਨਾਲ ਤੇਲ ਖਤਮ ਹੋ ਗਿਆ ਇਹ ਸੁਣਾਤਾ ਜਦੋਂ ਤੁਹਾਡੀ ਸਕੂਟਰੀ ਪੰਚਰ ਹੁੰਦੀ ਮੈਂ ਤੇਰਾ ਮੋਟਰਸਾਈਕਲ ਖੜ ਦੇ ਤੇਰਾ ਮੋਟਰਸਾਈਕਲ ਖੜੀਦਾ ਤੇ ਭਰਾ ਤੇਲ ਵੀ ਪਵਾਈਦਾ ਸਕੂਟਰੀ ਦਾ ਤੇ ਬੜਾ ਸੁਣਾਤਾ ਤੇ ਜਿਹੜੀ ਤੁਹਾਡੀ ਹੋਰ ਵੀ ਹੁੰਦੀ ਹੈ ਮੇਰੀ ਸਕੂਟਰੀ ਦਾ ਸੂਟ ਆਏ ਕਿਹੜਾ ਬੰਦੇ ਦਾ ਖੜਾ ਕੇ ਇਹਦੇ ਪਾਸ ਕਿੰਨੇ ਹੋ ਗਏ ਸੂਟ ਪਾਇਆ ਵੇਖ ਲਓ ਤੇ ਬੜਾ ਸੁਣ ਪਾਇਆ ਦਾ ਸੁਣਾ ਕੇ ਕੀ ਹੋ ਗਿਆ ਤੂੰ ਸਬਜ਼ੀ ਲੈ ਕੇ ਹੁੰਦਾ ਇਹਦਾ ਤੇ ਬੜਾ ਸੁਣਾਤਾ ਤਿੰਨ ਦਿਨ ਹੋ ਗਏ ਦਾਲ ਖਾਂਦੇ ਆ ਦਾਲ ਖਾਂਦੇ ਕੀ ਹੋ ਗਿਆ ਤੁਹਾਡਾ ਕਿਹੜਾ ਜੀਵਨ ਸ਼ਲ ਵੱਧ ਗਿਆ ਜਰਾ ਆਪ ਤੱਕ ਜੇ ਤੇ ਪੈਸੇ ਵੱਧ ਲਏ ਬਸ ਕਰੋ ਰੱਬ ਦਾ ਵਾਸਤਾ ਮੇਰੇ ਸਿਰ ਤੇ ਚੜ ਕੇ ਤੁਹਾਨੂੰ ਲੜਾਈ ਸੁਝਣ ਦਈ ਆ ਮੰਮੀ ਆ ਗਿਆ ਤੁਹਾਨੂੰ ਆਕ ਲੈਂਦੇ ਆ ਕਿ ਫਿਰ ਨਹੀਂ ਮੰਮੀ ਇਹ ਬਲਾ ਸਕੂਟਰੀ ਦਾ ਸਾਨੂੰ ਮੰਮੀ ਕੀ ਇਹ ਸਾਨੂੰ ਰੋਜ਼ ਇਹ ਬੰਦਾ ਕਰਦੇ ਆ ਖਰਚਾ ਕਰਦੇ ਆ ਕੋਈ ਕੀ ਖਰਚਾ ਕਰਨਾ ਉਹਨਾਂ ਨੇ ਕਰ ਹੀ ਨਹੀਂ ਇਹਨਾਂ ਦੀ ਸਕੂਟਰੀ ਦਾ ਖਿਲਾ ਲਿਆ ਕੀ ਹੋ ਗਿਆ ਤੁਹਾਨੂੰ ਪਤਾ ਨਹੀਂ ਮੰਮ ਜੀ ਸਕੂਟਰ ਲੈ ਜਾਣਾ ਮੈਂ ਕਿ ਤੇਲ ਨਹੀਂ ਪਵਾ ਕੇ ਲਿਆਂਦਾ ਹੈਗਾ ਤੇ ਤੁਸੀਂ ਜਦੋਂ ਮੋਟਰਸਾਈਕਲ ਖੜਦੇ ਜੇ ਇੱਕ ਦਿਨ ਦਾ ਮੇਰੇ ਸਿਰ ਤੇ ਚੜ੍ਹ ਕੇ ਲੜਾਈ ਨਹੀਂ ਹੋ ਮੇਰੇ ਸਿਰ ਤੇ ਚੜ੍ਹ ਕੇ ਨਾ ਲੜੋ ਉਧਰ ਜਾ ਕੇ ਆਪੋ ਆਪਣੇ ਕਮਰੇ 'ਚ ਜਾਓ ਜੋ ਆਪਣਾ ਕੰਮ ਕਰਨਾ ਕਰੋ ਮੇਰਾ ਤਾਂ ਸਿਰ ਖਾ ਲਿਆ ਤੁਸੀਂ ਇੱਥੇ ਮੈਂ ਬੈਠੀ ਵਿੱਚ ਤੁਹਾਡੇ ਚਲ ਆ ਚਲੀਏ ਇਹਨਾਂ ਦੇ ਮੂੰਹ ਲੱਗਣਾ ਚਲੋ ਪਤਾ ਨਹੀਂ ਕੀ ਕਰਦੇ ਨੇ ਇਹਨਾਂ ਨੂੰ ਬੋਲਣਾ ਬੇਕਾਰ ਨਹੀਂ ਸੁਣਾਉਣ ਕਿਹਨੂੰ ਡਏ ਹੋ ਦੀਦੀ ਸਮਾਈਲ ਹੀ ਤੁਹਾਡੇ ਮੂੰਹ ਤੇ ਹੈ ਮੇਰੇ ਦੋਸਤੋ ਨੇ ਉਹ ਤੇਰੀ ਰੋਟੀ ਤੋਂ ਬੜਾ ਸੁੰਦਰ ਜੇ ਨੂੰ ਰਾਜ ਨੂੰ ਰੋਟੀ ਦਾ ਲੈ ਕੇ ਸੁਣਾਤਾ ਮੈਂ ਸੁਣਿਆ ਨਹੀਂ ਇੱਕ ਦਿਨ ਦਾਲ ਵਾਲੇ ਕਰ ਨਾ ਦੇ ਸਬਜ਼ੀ ਲੈ ਕੇ ਨਾ ਕਿਤੇ ਕੁਝ ਲੈ ਕੇ ਆਉਣਾ ਵੇਖ ਕੀ ਹੁਣ ਤੂੰ ਅਸੀਂ ਕਰਨਾ ਨਹੀਂ ਨਹੀਂ ਲੱਗੀ ਐ ਸੀ ਬੜਾ ਖਤਰਨਾਕ ਜਿਹਾ ਮੈਂ ਨਹੀਂ ਲੱਗੀ ਮਾੜੀ ਜੀ ਤਾਂ ਐਕਸ਼ਨ ਤਿੰਨ ਦਿਨ ਹੋਏ ਸਟਾਰਟ ਤਿੰਨ ਦਿਨ ਹੋਏ ਸਟਾਰਟ ਕਰਦੇ ਆ ਮੈਂ ਤਿੰਨ ਦਿਨ ਹੋ ਗਏ ਸਟਾਰਟ ਕਰਦੇ ਆ ਚਲ ਕੀ ਸਟਾਰਟ ਕਰ ਉਹ ਵੀਡੀਓ ਕਹਿਣਾ ਇਹਨਾਂ ਸਟਾਰਟ ਕਰ ਦੋ ਚਲੋ ਦਾਲ ਖਾਂਦੇ ਆ ਦਾਲ ਖਾਂਦਾ ਕੀ ਹੋ ਗਿਆ ਤੁਹਾਡਾ ਜਦੋਂ ਕਿਸੇ ਬੰਦੇ ਦਾ ਸਟਾਰਟ ਕਰ ਰਹੇ ਨੇ ਮੈਂ ਹੱਥ ਰਿਹਾ ਹੱਥ ਨਹੀਂ ਮੇਰਾ ਫਲੂਟ ਕਰਦੇ ਆ ਜਿਹੜੇ ਨੀਚੇ ਖੇਲ ਲਗਾਈ ਤੂੰ ਹੁੰਦਾ ਉੱਠਦੇ ਨਹੀਂ ਤੁਸੀਂ ਉਹਨੂੰ ਕਿੱਥੇ ਉੱਠ ਜਾਓ ਮੈਂ ਅੱਡੇ ਵਾਲੇ ਦੇਖਣ ਦੇ ਆ ਵਧਾ